वाहगुरु जी का खालसा वाहगुरु जी की फतेह। सत्कारयोग वीरों, मैनू कुछ किसान भरावां वल्लों ਭਿੱਖੀ ਪਿੰਡ ਮੰਡੀ ਰਾਜੋ ਕੇ ਮੰਡੀ ਤੇ ਖਾਲੜਾ ਮੰਡੀ ਇਹਨਾਂ ਤੋਂ ਬਹੁਤ ਸਾਰੀਆਂ ਮੈਨੂੰ ਸ਼ਿਕਾਇਤਾਂ ਆ ਰਹੀਆਂ ਕਿਸਾਨ ਭਰਾਵਾਂ ਵੱਲੋਂ ਸ਼ਿਕਾਇਤਾਂ ਆਈਆਂ ਕਿ ਕੁਝ ਆੜਤੀਏ ਜਿਹੜੇ ਹੈ ਉਹ ਕਣਕ ਵੱਧ ਤੋਲ ਰਹੇ ਹੈ। ਮੈਂ ਜਿੰਨੇ ਵੀ ਅਧਿਕਾਰੀ ਹੈ ਉਹਨਾਂ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਥਾਂ ਜਾ ਕੇ ਉਹਨਾਂ ਦਾ ਚੈੱਕ ਕਰੋ। ਜਿਹੜਾ ਵੀ ਬੰਦਾ ਕੋਈ ਵੀ ਆ ਜਿਹੜਾ ਵੀ ਕੋਈ ਕਿਸਾਨਾਂ ਦੀ ਕਣਕ ਵੱਧ ਜੋਖਦਾ ਉਹਨਾਂ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ, ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਮੈਂ ਦੋਨਾਂ ਭਿੱਖੀ ਪਿੰਡ ਤੇ ਖੇਮਕਰਨ ਦੇ ਮੰਡੀ ਦੇ ਜਿਹੜੇ ਸੈਕਟਰੀ ਹੈ ਉਹਨਾਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਜੇ ਇੱਕ ਦਾਣਾ ਵੀ ਕਿਸੇ ਕਿਸਾਨ ਭਰਾ ਦਾ ਕਿਸੇ ਆੜਤੀਏ ਨੇ ਵੱਧ ਜੋਖਿਆ ਤੋਲਿਆ ਤੇ ਉਹਨਾਂ ਦੇ ਵਿਰੁੱਧ ਸਖ਼ਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਵੀਰੋ, ਮੈਨੂੰ ਕੁਝ ਕਿਸਾਨ ਭਰਾਵਾਂ ਵੱਲੋਂ ਭਿੱਖੀ ਪਿੰਡ ਮੰਡੀ ਰਾਜੋ ਕੇ ਮੰਡੀ ਤੇ ਖਾਲੜਾ ਮੰਡੀ ਇਹਨਾਂ ਤੋਂ ਬਹੁਤ ਸਾਰੀਆਂ ਮੈਨੂੰ ਸ਼ਿਕਾਇਤਾਂ ਆ ਰਹੀਆਂ ਕਿਸਾਨ ਭਰਾਵਾਂ ਵੱਲੋਂ ਸ਼ਿਕਾਇਤਾਂ ਆਈਆਂ ਕਿ ਕੁਝ ਆੜਤੀਏ ਜਿਹੜੇ ਹੈ ਉਹ ਕਣਕ ਵੱਧ ਤੋਲ ਰਹੇ ਹੈ। ਮੈਂ ਜਿੰਨੇ ਵੀ ਅਧਿਕਾਰੀ ਹੈ ਉਹਨਾਂ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਥਾਂ ਜਾ ਕੇ ਉਹਨਾਂ ਦਾ ਚੈੱਕ ਕਰੋ। ਜਿਹੜਾ ਵੀ ਬੰਦਾ ਕੋਈ ਵੀ ਆ ਜਿਹੜਾ ਵੀ ਕੋਈ ਕਿਸਾਨਾਂ ਦੀ ਕਣਕ ਵੱਧ ਜੋਖਦਾ ਉਹਨਾਂ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ, ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਮੈਂ ਦੋਨਾਂ ਭਿੱਖੀ ਪਿੰਡ ਤੇ ਖੇਮਕਰਨ ਦੇ ਮੰਡੀ ਦੇ ਜਿਹੜੇ ਸੈਕਟਰੀ ਹੈ ਉਹਨਾਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਜੇ ਇੱਕ ਦਾਣਾ ਵੀ ਕਿਸੇ ਕਿਸਾਨ ਭਰਾ ਦਾ ਕਿਸੇ ਆੜਤੀਏ ਨੇ ਵੱਧ ਜੋਖਿਆ ਤੋਲਿਆ ਤੇ ਉਹਨਾਂ ਦੇ ਵਿਰੁੱਧ ਸਖ਼ਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਵੀਰੋ, ਮੈਨੂੰ ਕੁਝ ਕਿਸਾਨ ਭਰਾਵਾਂ ਵੱਲੋਂ ਭਿੱਖੀ ਪਿੰਡ ਮੰਡੀ ਰਾਜੋ ਕੇ ਮੰਡੀ ਤੇ ਖਾਲੜਾ ਮੰਡੀ ਇਹਨਾਂ ਤੋਂ ਬਹੁਤ ਸਾਰੀਆਂ ਮੈਨੂੰ ਸ਼ਿਕਾਇਤਾਂ ਆ ਰਹੀਆਂ ਕਿਸਾਨ ਭਰਾਵਾਂ ਵੱਲੋਂ ਸ਼ਿਕਾਇਤਾਂ ਆਈਆਂ ਕਿ ਕੁਝ ਆੜਤੀਏ ਜਿਹੜੇ ਹੈ ਉਹ ਕਣਕ ਵੱਧ ਤੋਲ ਰਹੇ ਹੈ। ਮੈਂ ਜਿੰਨੇ ਵੀ ਅਧਿਕਾਰੀ ਹੈ ਉਹਨਾਂ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਥਾਂ ਜਾ ਕੇ ਉਹਨਾਂ ਦਾ ਚੈੱਕ ਕਰੋ। ਜਿਹੜਾ ਵੀ ਬੰਦਾ ਕੋਈ ਵੀ ਆ ਜਿਹੜਾ ਵੀ ਕੋਈ ਕਿਸਾਨਾਂ ਦੀ ਕਣਕ ਵੱਧ ਜੋਖਦਾ ਉਹਨਾਂ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ, ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਮੈਂ ਦੋਨਾਂ ਭਿੱਖੀ ਪਿੰਡ ਤੇ ਖੇਮਕਰਨ ਦੇ ਮੰਡੀ ਦੇ ਜਿਹੜੇ ਸੈਕਟਰੀ ਹੈ ਉਹਨਾਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਜੇ ਇੱਕ ਦਾਣਾ ਵੀ ਕਿਸੇ ਕਿਸਾਨ ਭਰਾ ਦਾ ਕਿਸੇ ਆੜਤੀਏ ਨੇ ਵੱਧ ਜੋਖਿਆ ਤੋਲਿਆ ਤੇ ਉਹਨਾਂ ਦੇ ਵਿਰੁੱਧ ਸਖ਼ਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਵੀਰੋ, ਮੈਨੂੰ ਕੁਝ ਕਿਸਾਨ ਭਰਾਵਾਂ ਵੱਲੋਂ ਭਿੱਖੀ ਪਿੰਡ ਮੰਡੀ ਰਾਜੋ ਕੇ ਮੰਡੀ ਤੇ ਖਾਲੜਾ ਮੰਡੀ ਇਹਨਾਂ ਤੋਂ ਬਹੁਤ ਸਾਰੀਆਂ ਮੈਨੂੰ ਸ਼ਿਕਾਇਤਾਂ ਆ ਰਹੀਆਂ ਕਿਸਾਨ ਭਰਾਵਾਂ ਵੱਲੋਂ ਸ਼ਿਕਾਇਤਾਂ ਆਈਆਂ ਕਿ ਕੁਝ ਆੜਤੀਏ ਜਿਹੜੇ ਹੈ ਉਹ ਕਣਕ ਵੱਧ ਤੋਲ ਰਹੇ ਹੈ। ਮੈਂ ਜਿੰਨੇ ਵੀ ਅਧਿਕਾਰੀ ਹੈ ਉਹਨਾਂ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਥਾਂ ਜਾ ਕੇ ਉਹਨਾਂ ਦਾ ਚੈੱਕ ਕਰੋ। ਜਿਹੜਾ ਵੀ ਬੰਦਾ ਕੋਈ ਵੀ ਆ ਜਿਹੜਾ ਵੀ ਕੋਈ ਕਿਸਾਨਾਂ ਦੀ ਕਣਕ ਵੱਧ ਜੋਖਦਾ ਉਹਨਾਂ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ, ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਮੈਂ ਦੋਨਾਂ ਭਿੱਖੀ ਪਿੰਡ ਤੇ ਖੇਮਕਰਨ ਦੇ ਮੰਡੀ ਦੇ ਜਿਹੜੇ ਸੈਕਟਰੀ ਹੈ ਉਹਨਾਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਜੇ ਇੱਕ ਦਾਣਾ ਵੀ ਕਿਸੇ ਕਿਸਾਨ ਭਰਾ ਦਾ ਕਿਸੇ ਆੜਤੀਏ ਨੇ ਵੱਧ ਜੋਖਿਆ ਤੋਲਿਆ ਤੇ ਉਹਨਾਂ ਦੇ ਵਿਰੁੱਧ ਸਖ਼ਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ।